ਜਿਥੇ ਇੱਕ ਪਾਸੇ ਐਸਸੀ ਐਸਟੀ ਕੈਟਾਗਰੀ ਵੱਲੋਂ ਆਰਕਸ਼ਣ ਦੀ ਮੰਗ ਨੂੰ ਲੈ ਕੇ ਭਾਰਤ ਬੰਦ ਕੀਤਾ ਗਿਆ ਸੀ, ਉਸਦੇ ਵਿਰੋਧ ਵਿੱਚ ਹਿੰਦੂ ਸੰਗਠਨਾਂ ਵੱਲੋਂ ਭਾਰਤ ਬੰਦ ਦੀ ਕਾਲ ਕੀਤੀ ਗਈ, ਜਿਸ ਵਿੱਚ ਰਾਜਪੁਰਾ ਵਿੱਚ ਹਿੰਦੂ ਸੰਗਠਨਾਂ ਵੱਲੋਂ ਸ਼ਾਂਤੀਮਈ ਤਰੀਕੇ ਨਾਲ ਸਾਰੇ ਵਪਾਰੀਆਂ ਨੂੰ ਆਪਣੇ ਕੰਮ ਕਾਜ ਤੇ ਸਕੂਲ ਕਾਲਜ 2 ਵਜੇ ਤੱਕ ਬੰਦ ਕਰਨ ਦੀ ਅਪੀਲ ਕੀਤੀ ਗਈ। ਹਾਂਜੀ, ਸਾਰੀ ਜਨਰਲ ਕੈਟਾਗਰੀ ਦੇ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਵੀ ਜਿਹੜਾ ਆਰਕਸ਼ਣ ਹੈ ਉਹ ਜਾਤੀ ਵਿਸ਼ੇਸ਼ ਨਾਲ ਨਹੀਂ ਹੋਣਾ ਚਾਹੀਦਾ ਹੈਗਾ। ਜਿਹੜਾ ਵੀ ਗਰੀਬ ਹੁੰਦਾ ਉਹਨੂੰ ਆਰਕਸ਼ਣ ਦਿੱਤਾ ਜਾਵੇ। ਸਾਡੇ ਬੱਚੇ 90-90% ਮਾਰਕਸ ਲੈ ਕੇ ਉਹਨਾਂ ਨੂੰ ਐਡਮਿਸ਼ਨਾਂ ਨਹੀਂ ਮਿਲਦੀਆਂ, ਜਿਹੜੇ 33% ਲੈ ਕੇ ਆਉਂਦੇ ਉਹਨਾਂ ਨੂੰ ਐਡਮਿਸ਼ਨਾਂ ਮਿਲ ਜਾਂਦੀਆਂ। ਜੇ ਇਵੇਂ ਆਰਕਸ਼ਣ ਕਰਾਉਣਾ, ਜਿਹੜੇ 33% ਡਾਕਟਰ ਬੰਦੇ ਉਹਨਾਂ ਤੋਂ ਹੀ ਜਾ ਕੇ ਇਲਾਜ ਕਰਾਇਆ ਕਰਨ, ਫਿਰ ਦੂਜਿਆਂ ਕੋਲ ਜਾਂਦੇ ਕਿਉਂ ਹੈਗੇ? ਜਿਹੜੇ ਬੱਚੇ ਨੂੰ 33% ਨੰਬਰ ਲੈ ਕੇ ਇੰਨੀ ਅਕਲ ਆ ਜਾਂਦੀ ਹੈ ਵੀ ਡਾਕਟਰ ਬਣੇ, ਅਤੇ ਸਾਡੇ ਬੱਚੇ ਨੂੰ 90% ਲੈ ਕੇ ਵੀ ਅਕਲ ਨਹੀਂ ਆਉਂਦੀ ਹੈਗੀ ਹੈ। ਵੀ ਇਸ ਕਰਕੇ ਅਸੀਂ ਆਰਕਸ਼ਣ ਦੇ ਸਖ਼ਤ ਖਿਲਾਫ਼ ਆ। ਪਬਲਿਕ ਇਕੱਠੀ ਹੋਈ ਸੀ ਇੱਥੇ ਥੋੜ੍ਹੀ, ਵੀ ਕਹਿੰਦੇ ਅਸੀਂ ਬੰਦ ਕਰਾਉਣਾ, ਪਹਿਲਾਂ ਕੋਈ ਮੈਸੇਜ ਨਹੀਂ ਸੀ ਵੀ ਬੰਦ ਕਰਾਉਣਾ ਜਾਂ ਕਰਨਾ, ਹੁਣ ਇਹ ਆਪਣੇ ਬੰਦ ਕਰਾ ਰਹੇ ਨੇ ਇੱਧਰ ਹੀ ਸਰ। ਅਤੇ ਆਪਣਾ ਕਿਸ ਤਰ੍ਹਾਂ ਕੰਟਰੋਲ ਕਰੀਏ, ਕਿਸ ਤਰ੍ਹਾਂ ਅਸੀਂ ਕੰਟਰੋਲ ਇਹ ਵੀ ਅਸੀਂ ਕਿਸੇ ਨੂੰ ਧੱਕੇ ਨਾਲ ਕੋਈ ਬੰਦ ਨਹੀਂ ਕਰਨ ਦੇਵਾਂਗੇ। ਜੇ ਕੋਈ ਸ਼ਰਾਰਤੀ ਕੋਈ ਧੱਕੇ ਨਾਲ ਕਿਸੇ ਦੀਆਂ ਦੁਕਾਨਾਂ ਬੰਦ ਕਰਾਊਗਾ ਜਾਂ ਤਾਂ ਉਹਨੇ ਬੰਦ ਨਹੀਂ ਕਰਨ ਦੇਵਾਂਗੇ, ਨਾ ਹੀ ਅਸੀਂ ਮਾਹੌਲ ਨੂੰ ਖਰਾਬ ਹੋਣ ਦੇਵਾਂਗੇ। ਰਾਜਪੁਰਾ ਤੋਂ ਰਾਜੇਸ਼ ਦਹਿਰਾ ਦੀ ਰਿਪੋਰਟ, ਚੈਨਲ 2।